ਫਾਜ਼ਿਲਕਾ ਦੇ ਚੌਕ ਘੰਟਾ ਘਰ ਦੇ ਨੇੜੇ ਬੰਸੀ ਪਕੌੜਿਆਂ ਵਾਲੇ ਚੌਂਕ ਦੇ ਵਿੱਚ ਇੱਕ ਦੁਕਾਨ ਨੂੰ ਲੱਗੀ ਅੱਗ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਅੱਗ ਤੇ ਪਾਇਆ ਕਾਬੂ। ਫਾਜ਼ਿਲਕਾ ਦੇ ਕੱਟਾਗਰ ਚੌਂਕ ਦੇ ਨੇੜੇ ਬੰਸੀ ਪਕੌੜਿਆਂ ਵਾਲੇ ਚੌਂਕ ਦੇ ਵਿੱਚ ਇੱਕ ਦੁਕਾਨ ਨੂੰ ਅੱਗ ਲੱਗ ਗਈ। ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਦੁਕਾਨ ਮਾਲਕ ਦੇ ਅਨੁਸਾਰ ਅੱਜ ਉਹਨਾਂ ਵੱਲੋਂ ਦੁਕਾਨ ਦੀ ਸਫਾਈ ਕੀਤੀ ਗਈ ਅਤੇ ਕੁਝ ਕਾਗਜ਼ ਦੁਕਾਨ ਦੇ ਬਾਹਰ ਇਕੱਠੇ ਹੋ ਗਏ ਸਨ, ਜਿਸ ਨੂੰ ਅੱਗ ਲਗਾਈ ਗਈ ਤਾਂ ਉਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਦੁਕਾਨ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਮੌਕੇ ਤੇ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਉਹਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਨਾ ਆਉਂਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਹਲੇ ਕਿੰਨਾ ਨੁਕਸਾਨ ਹੋਇਆ ਇਸ ਗੱਲ ਦਾ ਪਤਾ ਨਹੀਂ ਚੱਲ ਪਾਇਆ। ਉਧਰ ਫਾਇਰ ਅਫਸਰ ਨੇ ਦੱਸਿਆ ਕਿ ਫਾਜ਼ਿਲਕਾ ਦੇ ਚੌਕ ਘੰਟਾ ਘਰ ਦੇ ਨੇੜੇ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ। ਦਾ ਮੇਰਾ ਨਾਮ ਰੇਸ਼ਮ। ਅੱਛਾ, ਕੀ ਗੱਲ ਕੀ ਕਿਵੇਂ ਅੱਗ ਲੱਗੀ ਜੀ? ਇਹ ਅੱਗ ਨਾ ਜਿਵੇਂ ਥੱਲੇ ਕਾਗਜ਼ ਪਏ ਹੁੰਦੇ ਨੇ। ਅੱਛਾ ਜੀ। ਸਫਾਈ ਸੁਈ ਕਰਕੇ ਆਪਾਂ ਇਕੱਠੇ ਕਰਤੇ, ਉਹਨਾਂ ਨੂੰ ਅੱਗ ਲਾਈ ਸੀ, ਉਹ ਕੁਝ ਜ਼ਿਆਦਾ ਫੈਲ ਗਈ। ਅੱਛਾ, ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਉਹਨਾਂ ਨੁਕਸਾਨ ਦਾ ਅੰਦਰ ਉਹ ਦੇਖਾਂਗੇ, ਮਤਲਬ ਕਿ ਐਵੇਂ ਕੀ ਤਰ੍ਹਾਂ। ਅੱਛਾ, ਕਿੰਨੇ ਕੁ ਵਜੇ ਲੱਗੀ ਸੀ ਅੱਗ? ਲਗਭਗ ਅੱਧਾ ਘੰਟਾ ਹੋ ਗਿਆ ਲਗਭਗ। ਅੱਛਾ ਜੀ, ਅੱਧਾ ਪੌਣਾ ਘੰਟਾ। ਤੇ ਫਾਇਰ ਬ੍ਰਿਗੇਡ ਆਈ ਸੀ ਮੇਰੇ ਤੇ? ਹਾਂਜੀ, ਫਾਇਰ ਬੁੱਧ ਗਈ ਉਹਨਾਂ ਅੱਗ। ਹਾਂਜੀ, ਬੁੱਧ ਗਈ ਬੁੱਧ ਗਈ ਜੀ, ਬੁੱਧ ਗਈ। ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਸਾਨੂੰ ਇਸ ਤਰ੍ਹਾਂ ਰਾਹ ਜਾਂਦੇ ਨੇ ਸੂਚਨਾ ਦਿੱਤੀ ਕਿ ਜਲੇਬੀਆਂ ਵਾਲੇ ਦੇ ਕੋਲ ਅੱਗ ਲੱਗੀ ਹੈ ਉਹਨਾਂ ਦੇ। ਅੱਛਾ ਜੀ। ਅਸੀਂ ਆਏ ਇੱਥੇ ਮੌਕੇ 'ਤੇ, ਅੱਗ 'ਤੇ ਕਾਬੂ ਪਾਇਆ ਅਤੇ ਅੱਗ ਨੂੰ ਕੰਟਰੋਲ ਹੈ। ਕਿੰਨੀ ਕੁ ਤੇਜ਼ ਅੱਗ ਸੀ ਜਦੋਂ ਤੁਸੀਂ ਆਏ ਸੀ? ਬਹੁਤ ਜ਼ਿਆਦਾ ਸੀ। ਅੱਛਾ ਜੀ। ਜੋ ਵੀ ਹੈ ਅੰਦਰੋਂ ਇਹਨਾਂ ਦਾ ਸਾਰਾ ਸਮਾਨ ਹੁਣ ਪੂਰਾ ਕੰਟਰੋਲ ਹੈ ਜੀ? ਕੰਟਰੋਲ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਹੈਗਾ ਜੀ ਇਹਨਾਂ ਦਾ? ਨੁਕਸਾਨ ਵੀ ਹੁਣ ਇਹਨਾਂ ਦੇ ਦੱਸੇ ਮੁਤਾਬਕ ਦੇ ਹੀ ਜਾਂਦੇ ਸੀ, ਬਾਕੀ ਵੇਖਿਆ ਨੁਕਸਾਨ ਤਾਂ 12 ਕਾਫੀ।